ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਦਾ ਆਪਾਂ ਕਰਾਂਗੇ ਫੋਰਥ, ਜੋ ਆਪਣਾ ਮੌਕ ਟੈਸਟ ਸੀਰੀਜ਼ ਚੱਲ ਰਹੀ ਹੈ, ਫੋਰਥ ਮੌਕ ਟੈਸਟ ਹੈ, ਠੀਕ ਹੈ। ਅਤੇ ਬਿਨਾਂ ਕਿਸੇ ਟਾਈਮ ਨੂੰ ਵੇਸਟ ਕੀਤੇ ਹੋਏ ਸ਼ੁਰੂ ਕਰਦੇ ਹਾਂ। ਸੋ ਫਸਟ ਕੁਐਸਚਨ ਹੈ ਕਿ ਰਣਜੀਤ ਸਾਗਰ ਜੋ ਵੈਟਲੈਂਡ ਹੈ ਉਹ ਕਿੱਥੇ ਹੈ, ਠੀਕ ਹੈ ਜੀ। ਸੋ ਜਲਦੀ ਆਂਸਰ ਕਰੋ, 2 ਮਿੰਟ ਲੈ ਕੇ। ਹਾਂਜੀ, ਦਾ ਕਰੈਕਟ ਆਂਸਰ ਇਜ਼ ਬੀ, ਦੈਟ ਇਜ਼ ਗੁਰਦਾਸਪੁਰ। ਜੋ ਆਪਣੇ ਕੋਲ ਰਣਜੀਤ ਸਾਗਰ ਵੈਟਲੈਂਡ ਹੈ ਉਹ ਗੁਰਦਾਸਪੁਰ ਵਿੱਚ ਹੈ, ਠੀਕ ਹੈ। ਐਂਡ ਇਹਦੀ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਇਹ ਵੀ ਮੈਨ ਮੇਡ ਵੈਟਲੈਂਡ ਹੈ, ਠੀਕ ਹੈ। ਅਤੇ ਫਰੈਸ਼ ਵਾਟਰ ਜੋ ਵੈਟਲੈਂਡ ਹੈ, ਠੀਕ ਹੈ, ਅਤੇ ਨੈਸ਼ਨਲ ਇੰਪੋਰਟੈਂਸ ਦਾ ਇਹ ਵੈਟਲੈਂਡ ਹੈ। ਇਹ ਤਿੰਨੇ ਚਾਰੇ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਅਤੇ ਕਿਹੜੇ ਡਿਸਟ੍ਰਿਕਟ ਵਿੱਚ ਹੈ, ਆਪਣੇ ਕੋਲ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੈ। ਅਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਸ ਆਂਸਰ ਦਾ ਜਵਾਬ ਦੇਣਾ ਹੈ ਕਿ ਇਹ ਕਿਹੜੀ ਰਿਵਰ ਦੇ ਉੱਪਰ ਹੈ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈ ਆਪਣੇ ਕੋਲ, ਮਨਸਦ ਜੋ ਪ੍ਰਥਾ ਸੀ, ਮਨਸਦ ਪ੍ਰਣਾਲੀ, ਉਹ ਕਿਹਨੇ ਸ਼ੁਰੂ ਕੀਤੀ ਸੀਗੀ। ਹਾਂਜੀ, ਜਲਦੀ ਸੋਚੋ। ਐਂਡ ਦਾ ਕਰੈਕਟ ਆਂਸਰ ਇਜ਼ 3, ਦੈਟ ਇਜ਼ ਸ਼੍ਰੀ ਗੁਰੂ ਰਾਮਦਾਸ ਜੀ, ਜੋ ਆਪਣੇ ਸਿੱਖਾਂ ਦੀ ਚੌਥੀ ਪਾਤਸ਼ਾਹੀ ਨੇ, ਠੀਕ ਹੈ। ਗੁਰੂ ਰਾਮਦਾਸ ਜੀ ਨੇ ਮਨਸਦ ਪ੍ਰਣਾਲੀ ਸ਼ੁਰੂ ਕੀਤੀ ਸੀਗੀ। ਅਤੇ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲਈਏ, ਜੋ ਪ੍ਰੀਵੀਅਸ ਮਾਕਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ, ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਸ਼ੁਰੂ ਕੀਤਾ ਸੀਗਾ, ਠੀਕ ਹੈ ਜੀ। ਅਤੇ ਜੋ ਮੰਜੀ ਪ੍ਰਥਾ ਹੈ ਉਹ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀਗੀ, ਅਤੇ ਜੋ ਮਨਸਦ ਪ੍ਰਥਾ ਹੈ ਉਹ ਆਪਣੇ ਕੋਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀਗੀ। ਇਸ ਤਰ੍ਹਾਂ ਆਪਾਂ ਆਉਣ ਵਾਲੇ ਮਾਕਸ ਦੇ ਵਿੱਚ ਸੀਰੀਜ਼ ਵਾਈਜ਼ ਜੋ ਟੋਪਿਕਸ ਨੇ ਇੰਪੋਰਟੈਂਟ, ਉਹ ਕਵਰ ਕਰਦੇ ਜਾਵਾਂਗੇ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਕੁਐਸਚਨ ਇਜ਼, ਫਿਰੋਜ਼ ਸ਼ਹਿਰ ਦੀ ਲੜਾਈ ਕਿਸ ਐਂਗਲੋ ਸਿੱਖ ਯੁੱਧ ਨਾਲ ਸੰਬੰਧਿਤ ਹੈ। ਹਾਂਜੀ, ਸੋ ਦਾ ਕਰੈਕਟ ਆਂਸਰ ਇਜ਼ ਏ, ਠੀਕ ਹੈ। ਫਿਰੋਜ਼ ਸ਼ਹਿਰ ਦੀ ਜੋ ਲੜਾਈ ਹੈ ਉਹ ਫਸਟ ਐਂਗਲੋ ਸਿੱਖ ਵਾਰ ਦੇ ਨਾਲ ਰਿਲੇਟਿਡ ਹੈ। ਅਤੇ ਇਹ ਆਪਣੇ ਕੋਲ ਜੋ ਫਸਟ ਐਂਗਲੋ ਸਿੱਖ ਵਾਰ ਸੀਗਾ ਉਹ 1845 ਦਸੰਬਰ ਤੋਂ ਲੈ ਕੇ ਅਤੇ ਫਰਵਰੀ 1846 ਤੱਕ ਚੱਲਿਆ ਸੀਗਾ, ਠੀਕ ਹੈ। ਅਤੇ ਜੋ ਸੈਕਿੰਡ ਐਂਗਲੋ ਸਿੱਖ ਵਾਰ ਸੀਗਾ ਉਹ 1848 ਤੋਂ 49 ਤੱਕ ਚੱਲਿਆ ਸੀ, ਠੀਕ ਹੈ। ਸੋ ਇਹ ਚੀਜ਼ਾਂ ਯਾਦ ਰੱਖਣੀਆਂ ਨੇ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਆਪਣੇ ਕੋਲ ਹਿਸਟਰੀ ਦਾ। ਜੋ ਨੈਕਸਟ ਹੈ ਆਪਣੇ ਕੋਲ ਕਿ ਸਰਪੇਸ਼ ਹੈ ਜੋ ਉਹ ਇੱਕ ਗਹਿਣਾ ਹੈ, ਠੀਕ ਹੈ, ਤਾਂ ਉਹ ਕਿੱਥੇ ਪਾਉਣ ਵਾਲਾ ਗਹਿਣਾ ਹੈ। ਪੰਜਾਬੀ ਕਲਚਰ ਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਪ੍ਰੀ ਟ੍ਰਿਪਲ SP ਦੇ ਵਿੱਚ ਕੋਈ ਨਾ ਕੋਈ ਜੋ ਹੈ ਗਹਿਣੇ ਦੇ ਨਾਲ ਰਿਲੇਟਿਡ ਕੁਐਸਚਨ ਹੋ ਗਿਆ, ਠੀਕ ਹੈ। ਇਹ ਆਉਂਦੇ ਹੀ ਰਹਿੰਦੇ ਨੇ, ਠੀਕ ਹੈ। ਸੋ ਆਪਾਂ ਡੇਲੀ ਕੋਈ ਨਾ ਕੋਈ ਕਵਰ ਕਰਿਆ ਕਰਾਂਗੇ। ਆਈ ਰਿਕੁਐਸਟ ਯੂ ਆਲ ਕਿ ਸੀਰੀਜ਼ ਨੂੰ ਜ਼ਰੂਰ ਦੇਖਣਾ। ਸਾਰੀ ਸੀਰੀਜ਼ ਦੇ ਵਿੱਚ ਅਲੱਗ ਅਲੱਗ ਕੁਐਸਚਨਸ ਨੇ, ਅਲੱਗ ਅਲੱਗ ਟੋਪਿਕਸ ਨੇ, ਠੀਕ ਹੈ। ਇਟ ਵਿਲ ਬੈਨੀਫਿਟ ਯੂ। ਸੋ ਦਾ ਕਰੈਕਟ ਆਂਸਰ ਇਜ਼ ਏ, ਦੈਟ ਇਜ਼ ਹੈੱਡ, ਠੀਕ ਹੈ। ਇਹ ਸਿਰ 'ਤੇ ਪਾਉਣ ਵਾਲਾ ਇੱਕ ਗਹਿਣਾ ਹੈ। ਤੁਸੀਂ ਆਪਾਂ ਕੋਮਨਲੀ ਦੇਖਿਆ ਹੈ ਜੋ ਆਪਣੇ ਬਹੁਤ ਹੀ ਫੇਮਸ ਸਿੰਗਰ ਨੇ ਸਰਤਾਜ ਜੀ, ਉਹਨਾਂ ਨੇ ਲਗਾਇਆ ਹੁੰਦਾ ਹੈ। ਸੋ ਉੱਥੋਂ ਯਾਦ ਰੱਖ ਲੈਣਾ ਕਿ ਜੋ ਸਰਪੇਸ਼ ਹੈ ਉਹ ਸਿਰ 'ਤੇ ਲਾਉਣ ਵਾਲਾ ਇੱਕ ਗਹਿਣਾ ਹੈ। ਸੋ ਦਾ ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ, ਕਿ ਜਨਰਲ ਸਾਇੰਸ ਦਾ ਇਹ ਕੁਐਸਚਨ ਹੈ, ਪੌਦਿਆਂ ਦੁਆਰਾ ਆਪਣਾ ਭੋਜਨ ਬਣਾਉਣ ਲਈ ਕਿਹੜੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਹੀ ਬੇਸਿਕ ਕੁਐਸਚਨ ਹੈ ਪਰ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਹਾਂਜੀ, ਐਂਡ ਦਾ ਕਰੈਕਟ ਆਂਸਰ ਇਜ਼ ਏ, ਦੈਟ ਇਜ਼ ਕਾਰਬਨ ਡਾਈਆਕਸਾਈਡ, ਠੀਕ ਹੈ। ਜਦੋਂ
ਪਲਾਂਟਸ ਨੇ, ਠੀਕ ਹੈ, ਉਹਨਾਂ ਨੇ ਜਦੋਂ ਉਹਦਾ ਫੂਡ ਬਣਾਉਣਾ ਹੁੰਦਾ ਹੈ ਤਾਂ ਇੱਕ ਪ੍ਰੋਸੈਸ ਨੂੰ ਫੋਲੋ ਕਰਦੇ ਨੇ, ਦੈਟ ਇਜ਼ ਫੋਟੋਸਿੰਥੇਸਿਸ, ਠੀਕ ਹੈ, ਫੋਟੋਸਿੰਥੇਸਿਸ ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ। ਤਾਂ ਉਹ ਜਦੋਂ ਹੁੰਦਾ ਹੈ ਤਾਂ ਉਹ ਲੀਵਸ ਦੇ ਵਿੱਚ ਜੋ ਕਲੋਰੋਫਿਲਸ ਨੇ ਉਹ ਆਪਣੇ ਕਾਰਬਨ ਡਾਈਆਕਸਾਈਡ ਨੂੰ ਇਨਹੇਲ ਕਰਦੇ ਨੇ, ਠੀਕ ਹੈ, ਅਤੇ ਸਨ ਲਾਈਟ ਦੀ ਪ੍ਰੈਜੈਂਸ ਦੇ ਵਿੱਚ ਉਹ ਫੂਡ ਬਣਾਉਂਦੇ ਨੇ, ਅਤੇ ਜਦੋਂ ਫੂਡ ਉਹਨਾਂ ਦਾ ਬਣ ਜਾਂਦਾ ਹੈ ਤਾਂ ਉਹ ਆਕਸੀਜਨ ਜੋ ਗੈਸ ਹੈ ਉਹ ਬਾਹਰ ਛੱਡਦੇ ਨੇ, ਠੀਕ ਹੈ, ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਆਕਸੀਜਨ ਨੂੰ ਬਾਹਰ ਛੱਡਦੇ ਨੇ। ਇਹ ਦੋ ਚੀਜ਼ਾਂ ਯਾਦ ਰੱਖਣੀਆਂ ਨੇ ਤੁਸੀਂ। ਹਾਂਜੀ, ਨੈਕਸਟ ਕੁਐਸਚਨ ਹੈ ਆਪਣੇ ਕੋਲ, ਸੰਮੀ ਨਾਚ ਕਿਸ ਦੁਆਰਾ ਕੀਤਾ ਜਾਂਦਾ ਹੈ? ਅਗੇਨ ਪੰਜਾਬੀ ਕਲਚਰ ਦਾ, ਠੀਕ ਹੈ, ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਹੈ। ਹਾਂਜੀ, ਦਾ ਕਰੈਕਟ ਆਂਸਰ ਇਜ਼ ਸੀ, ਠੀਕ ਹੈ, ਫੀਮੇਲਸ ਨੇ ਜੋ ਸੰਮੀ ਨਾਚ ਕਰਦੀਆਂ ਨੇ। ਕੱਲ੍ਹ ਵਾਲੇ ਮੌਕ ਦੇ ਵਿੱਚ ਆਪਾਂ ਜਿੰਦੂਆ ਕੀਤਾ ਸੀਗਾ, ਠੀਕ ਹੈ, ਜਿੰਦੂਆ ਨਾਚ ਕੀਤਾ ਸੀ, ਅਤੇ ਤੁਸੀਂ ਹੁਣ ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਠੀਕ ਹੈ, ਹੋਪ ਸੋ ਤੁਸੀਂ ਦੇਖੇ ਹੋਏਗੀ ਉਹ ਕਲਾਸ ਕਿ ਜਿੰਦੂਆ ਨਾਚ ਕਿਹਨਾਂ ਦੁਆਰਾ ਪਰਫੋਰਮ ਕੀਤਾ ਜਾਂਦਾ ਹੈ, ਸੋ ਦੈਟ ਤੁਹਾਨੂੰ ਪਤਾ ਰਹੇ ਕਿ ਤੁਹਾਡੀ ਰਿਵੀਜ਼ਨ ਕਿੰਨੀ ਕੁ ਚੱਲ ਰਹੀ ਹੈ। ਹਾਂਜੀ, ਕਾਲੀ ਮਾਤਾ ਜੀ ਦਾ ਮੰਦਰ ਕਿੱਥੇ ਹੈ? ਆਪਸ਼ਨ ਏ ਪਟਿਆਲਾ, ਬਠਿੰਡਾ ਜਾਂ ਲੁਧਿਆਣਾ ਦੇ ਵਿੱਚ? ਹਾਂਜੀ, ਕਰੈਕਟ ਆਂਸਰ ਇਹ ਹੈ ਆਪਣੇ ਕੋਲ, ਜੋ ਕਾਲੀ ਮਾਤਾ ਦਾ ਮੰਦਰ ਹੈ ਉਹ ਪਟਿਆਲਾ ਦੇ ਵਿੱਚ ਹੈ, ਠੀਕ ਹੈ, ਅਤੇ ਕਿਹਨੇ ਬਣਵਾਇਆ ਸੀ? ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਬਣਵਾਇਆ ਸੀਗਾ, ਠੀਕ ਹੈ, ਜਦੋਂ ਉਹ ਵੈਸਟ ਬੰਗਾਲ 'ਚ ਗਏ ਸੀਗੇ ਤਾਂ ਉਹਨਾਂ ਨੂੰ ਬਹੁਤ ਪ੍ਰਭਾਵਿਤ ਹੋਏ ਸੀ ਉਹ ਇਸ ਮੰਦਰ ਨੂੰ ਵੇਖ ਕੇ, ਅਤੇ ਉਹਦੀ ਉਹਨਾਂ ਨੇ ਕਾਪੀ ਜੋ ਕਹਿ ਲਓ ਇੱਕ ਬਣਵਾਈ ਸੀਗੀ ਪਟਿਆਲੇ ਦੇ ਵਿੱਚ, ਠੀਕ ਹੈ। ਨੈਕਸਟ ਹੈ, ਜੋ ਮੌਰੀਆ ਵੰਸ਼ ਹੈ ਉਹਦੀ ਸ਼ੁਰੂਆਤ ਕਦੋਂ ਹੋਈ ਸੀਗੀ? ਠੀਕ ਹੈ, ਚੰਦਰਗੁਪਤ ਮੌਰੀਆ, ਸਮੁੰਦਰਗੁਪਤ ਮੌਰੀਆ, ਅਸ਼ੋਕ, ਠੀਕ ਹੈ, ਜੋ ਮੌਰੀਆ ਵੰਸ਼ ਦੇ ਨਾਲ ਰਿਲੇਟਿਡ ਨੇ, ਉਸ ਵੰਸ਼ ਦੀ ਸ਼ੁਰੂਆਤ ਕਦੋਂ ਹੋਈ ਸੀ? 7 BC, 4 BC ਜਾਂ 6 BC? ਇਹਦਾ ਕਰੈਕਟ ਆਂਸਰ ਆਪਣੇ ਕੋਲ ਹੈਗਾ ਜੀ ਬੀ, ਠੀਕ ਹੈ, 4 BC ਦੇ ਵਿੱਚ, ਸੈਂਚਰੀ ਦੇ ਵਿੱਚ ਆਪਣੇ ਕੋਲ ਹੋਈ ਸੀਗੀ, ਠੀਕ ਹੈ, ਅਤੇ ਉਸ ਤੋਂ ਬਾਅਦ ਜੋ ਹੈ ਕਿਹੜਾ ਕਾਲ ਆਇਆ ਸੀਗਾ ਇਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ। ਘੋੜੀਆਂ ਦਾ ਮੇਲਾ ਕਿਸ ਸਮੇਂ ਲਗਾਇਆ ਜਾਂਦਾ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ, ਆਪਸ਼ਨ ਏ ਆਪਣੇ ਕੋਲ ਜਰਗ ਦੇ ਮੇਲੇ ਵਿੱਚ ਲੱਗਦਾ ਹੈ, ਬੀ ਮਾਘੀ ਦੇ ਮੇਲੇ ਵਿੱਚ, ਜਾਂ ਸੀ ਹੋਲੀ ਦੇ ਟਾਈਮ 'ਤੇ? ਇਹਦਾ ਕਰੈਕਟ ਆਂਸਰ ਆਪਣੇ ਕੋਲ ਬੀ ਹੈ ਜੀ, ਠੀਕ ਹੈ, ਮਾਘੀ ਦੇ ਮੇਲੇ ਵਿੱਚ ਆਪਣੇ ਕੋਲ ਘੋੜੀਆਂ ਦਾ ਮੇਲਾ ਲੱਗਦਾ ਹੈ, ਠੀਕ ਹੈ, ਜੋ ਆਪਣੇ ਕੋਲ ਢਾਬ ਹੈ ਉੱਥੇ ਮੁਕਤਸਰ ਸਾਹਿਬ ਖਿਦਰਾਣੇ ਦੀ ਢਾਬ, ਠੀਕ ਹੈ, ਤਾਂ ਉੱਥੇ ਮਾਘੀ ਦਾ ਜਦੋਂ ਮੇਲਾ ਲੱਗਦਾ ਹੈ, ਠੀਕ ਹੈ, ਤਾਂ ਉਸ ਦਿਨ ਉੱਥੇ ਘੋੜੀਆਂ ਦਾ ਮੇਲਾ ਲੱਗਦਾ ਹੈ, ਲੋਕ ਬਹੁਤ ਦੂਰੋਂ ਦੂਰੋਂ ਆਪਦੇ ਜੋ ਘੋੜੇ ਨੇ, ਠੀਕ ਹੈ, ਉਹ ਲੈ ਕੇ ਆਉਂਦੇ ਨੇ, ਠੀਕ ਹੈ, ਅਤੇ ਬਹੁਤ ਤਰ੍ਹਾਂ ਦੀਆਂ ਨਸਲਾਂ ਨੇ ਜੋ ਉੱਥੇ ਵੇਖਣ ਨੂੰ ਮਿਲਦੀਆਂ ਨੇ, ਸੋ ਇਹ ਜੀ ਮੁਕਤਸਰ ਦੇ ਵਿੱਚ ਜਦੋਂ ਮਾਘੀ ਦਾ ਮੇਲਾ ਲੱਗਦਾ ਹੈ ਉਦੋਂ ਆਪਣੇ ਕੋਲ ਨਾਲ ਘੋੜੀਆਂ ਦਾ ਮੇਲਾ ਦੇਖਣ ਨੂੰ ਮਿਲਦਾ ਹੈ। ਹਾਂਜੀ, ਭਾਰਤ ਵਿੱਚ ਹਰੀ ਕ੍ਰਾਂਤੀ ਕਦੋਂ ਸ਼ੁਰੂ ਹੋਈ ਸੀਗੀ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, PSSSB ਬਹੁਤ ਵਾਰ ਪੁੱਛ ਚੁੱਕੀ ਹੈ, ਠੀਕ ਹੈ, ਤਾਂ ਕਦੋਂ ਹੋਈ ਸੀ ਭਾਰਤ ਵਿੱਚ? ਹਾਂਜੀ, ਕਰੈਕਟ ਆਂਸਰ ਆਪਣੇ ਕੋਲ ਸੀ ਹੈ, 1970 ਵਿੱਚ ਹੋਈ ਸੀਗੀ, ਅਤੇ ਆਪਾਂ ਪਿਛਲੇ ਮੌਕ ਦੇ ਵਿੱਚ ਕੀਤਾ ਸੀ ਕਿਹੜੇ ਸੀਡ ਵਰਤੇ ਗਏ ਸੀਗੇ, ਹਾਈਬ੍ਰਿਡ ਜੋ ਹਾਈ ਯੀਲਡਿੰਗ ਵਰਾਇਟੀ ਦੇ ਜੋ ਸੀਡਸ ਨੇ ਉਹ ਵਰਤੇ ਗਏ ਸੀਗੇ,
ਅਤੇ ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਿ ਇਹ ਇੰਡੀਆ ਦੇ ਵਿੱਚ ਸ਼ੁਰੂ ਕਿਹਨੇ ਕੀਤੀ ਸੀਗੀ, ਕਿਸ ਪਰਸਨ ਨੂੰ ਨੋਬਲ ਪੁਰਸਕਾਰ ਮਿਲਿਆ ਸੀਗਾ। ਹਾਂਜੀ, ਨੈਕਸਟ ਕੁਸ਼ਚਨ ਆਪਣੇ ਕੋਲ, ਜੋ ਨਿਰੰਕਾਰੀ ਲਹਿਰ ਹੈ ਉਹ ਕਿਸ ਨੇ ਸ਼ੁਰੂ ਕੀਤੀ ਸੀਗੀ, ਬਾਬਾ ਦਿਆਲ, ਸ਼ਿਵ ਦਿਆਲ ਜਾਂ ਬਾਬਾ ਬਾਲਕ ਸਿੰਘ ਜੀ? ਐਂਡ ਦਾ ਕਰੈਕਟ ਆਂਸਰ ਇਜ਼ ਏ, ਦੈਟ ਇਜ਼ ਬਾਬਾ ਦਿਆਲ ਜੀ ਨੇ ਸ਼ੁਰੂ ਕੀਤੀ ਸੀਗੀ। ਠੀਕ ਹੈ, ਜੋ ਆਪਾਂ ਇਹ ਮਾਡਰਨ ਹਿਸਟਰੀ ਦਾ ਕੁਸ਼ਚਨ ਆ ਗਿਆ ਆਪਣੇ ਕੋਲ। ਠੀਕ ਹੈ, ਅਤੇ ਅਗਰ ਆਪਾਂ ਸ਼ਿਵ ਦਿਆਲ ਦੀ ਗੱਲ ਕਰੀਏ ਤਾਂ ਇਹਨਾਂ ਨੇ ਰਾਧਾ ਸਵਾਮੀ ਮੂਵਮੈਂਟ ਸ਼ੁਰੂ ਕੀਤੀ ਸੀਗੀ, ਇਹ ਵੀ ਬਹੁਤ ਹੀ ਰਿਪੀਟਡ ਕੁਸ਼ਚਨ ਹੈ। ਅਤੇ ਬਾਬਾ ਬਾਲਕ ਸਿੰਘ ਨੇ ਆਪਣੇ ਕੋਲ ਕੂਕਾ ਮੂਵਮੈਂਟ ਸ਼ੁਰੂ ਕੀਤੀ ਸੀਗੀ। ਠੀਕ ਹੈ, ਤਿੰਨੇ ਕੁਸ਼ਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ। ਹਾਂਜੀ, ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਇਹ ਹੁਣੇ ਹੀ ਪੰਜਾਬ ਪੁਲਿਸ ਵਿੱਚ ਵੀ ਪੁੱਛਿਆ ਗਿਆ ਹੈ ਕੁਸ਼ਚਨ, ਅਤੇ PSSB ਵਿੱਚ ਵੀ ਬਹੁਤ ਵਾਰ ਪੁੱਛਿਆ ਗਿਆ ਹੈ। ਐਂਡ ਦਾ ਕਰੈਕਟ ਆਂਸਰ ਹੈ ਆਪਣੇ ਕੋਲ ਬੀ। ਠੀਕ ਹੈ, ਜੋ ਰਾਸ਼ਟਰਪਤੀ ਹੈ ਉਹ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ। ਜੋ ਪਹਿਲਾਂ ਆਪਣੇ ਕੋਲ ਚੀਫ ਜਸਟਿਸ ਆਫ ਇੰਡੀਆ ਹੈ ਅਤੇ ਉਹਦੇ ਨਾਲ ਦੋ ਜਾਂ ਤਿੰਨ ਜੱਜਿਸ ਮਿਲ ਕੇ, ਠੀਕ ਹੈ, ਚੂਜ਼ ਕਰਦੇ ਨੇ, ਠੀਕ ਹੈ, ਕਿ ਰਿਕਮੈਂਡ ਕਰਦੇ ਨੇ ਪ੍ਰੈਜ਼ੀਡੈਂਟ ਨੂੰ ਕਿ ਅਸੀਂ ਇਹਨੂੰ ਜੋ ਹੈ ਅਗਲਾ ਜੱਜ ਜੋ ਨਿਯੁਕਤ ਕਰਨਾ ਚਾਹੁੰਦੇ ਹਾਂ। ਠੀਕ ਹੈ, ਜਿਵੇਂ ਕਿ ਆਪਾਂ ਕਹਿ ਲਈਏ ਕੋਲੇਜੀਅਮ ਬੈਠਦਾ ਹੈ, ਠੀਕ ਹੈ, ਅਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਹੈ ਗੱਲ ਨੂੰ ਮੰਨਦੇ ਹੋਏ ਜੋ ਪ੍ਰੈਜ਼ੀਡੈਂਟ ਹੈ ਉਹਦੀ ਨਿਯੁਕਤੀ ਕਰਦਾ ਹੈ। ਜੋ ਚੂਜ਼ ਹੈ ਉਹ ਜੇ ਜੱਜਿਸ ਹੀ ਕਰਦੇ ਨੇ, ਚੀਫ ਜਸਟਿਸ ਆਫ ਇੰਡੀਆ ਅਤੇ ਸੀਨੀਅਰ ਮੋਸਟ ਜੱਜਿਸ ਆਫ ਸੁਪਰੀਮ ਕੋਰਟ। ਸੋ ਨੈਕਸਟ ਬਹੁਤ ਹੀ ਇੰਪੋਰਟੈਂਟ ਕੁਸ਼ਚਨ ਹੈ ਕਿ ਰਾਜਾਂ ਦੇ ਵਿਚਕਾਰ ਜੋ ਪਾਣੀ ਦੇ ਝਗੜੇ ਨੇ ਉਹ ਕਿਸ ਦੁਆਰਾ ਹੱਲ ਕੀਤੇ ਜਾਂਦੇ ਨੇ? ਕੀ ਉਹ ਸੁਪਰੀਮ ਕੋਰਟ ਹੱਲ ਕਰਦਾ ਹੈ, ਹਾਈ ਕੋਰਟ ਜਾਂ ਕੋਈ ਟ੍ਰਿਬਿਊਨਲ? ਹਾਂਜੀ, ਕਰੈਕਟ ਆਂਸਰ ਆਪਣੇ ਕੋਲ ਸੀ ਹੈ। ਠੀਕ ਹੈ, ਟ੍ਰਾਈਬਿਊਨਲਸ ਬਣੇ ਹੋਏ ਨੇ ਅਲੱਗ ਅਲੱਗ ਸਟੇਟਸ ਦੇ ਵਿੱਚ, ਜਿੱਥੇ ਕੋਈ ਰਿਵਰਸ ਦੋ ਸਾਈਡ ਤੋਂ ਦੋਨੋਂ, ਮਤਲਬ ਕਿ ਇੱਕ ਰਿਵਰ ਦੋ ਸਟੇਟਸ ਵਿੱਚ ਆ ਰਹੀ ਹੈ, ਉੱਥੇ ਅਲੱਗ ਅਲੱਗ ਟ੍ਰਿਬਿਊਨਲਸ ਬਣੇ ਹੋਏ ਨੇ ਜੋ ਉਹਨਾਂ ਦੇ ਨਾਲ ਡਿਸਪਿਊਟ ਜੋ ਹੈ ਰਿਲੇਟਿਡ ਕੁਸ਼ਚਨਸ ਨੇ ਉਹਨਾਂ ਨੂੰ ਡੀਲ ਕਰਦੇ ਨੇ। ਠੀਕ ਹੈ ਜੀ, ਨਾ ਹੀ ਸੁਪਰੀਮ ਕੋਰਟ ਅਤੇ ਨਾ ਹੀ ਹਾਈ ਕੋਰਟ, ਇਹ ਇੱਕ ਅਲੱਗ ਮੈਟਰ ਹੈ। ਓਕੇ, ਸੋ ਆਪਣਾ ਲਾਸਟ ਕੁਸ਼ਚਨ ਹੈ ਕਿ ਸਵੱਛ ਭਾਰਤ ਅਭਿਆਨ ਜੋ ਹੈ ਇੰਡੀਆ ਦੇ ਵਿੱਚ ਉਹ ਕਦੋਂ ਚਲਾਇਆ ਗਿਆ ਸੀਗਾ? ਠੀਕ ਹੈ, 2011, 2014, 2020? ਹਾਂਜੀ, ਸਹੀ ਜਵਾਬ ਹੈ ਆਪਣੇ ਕੋਲ ਬੀ। ਠੀਕ ਹੈ, 2014, 2 ਅਕਤੂਬਰ, ਠੀਕ ਹੈ, ਜਿਸ ਦਿਨ ਆਪਣੇ ਕੋਲ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੁੰਦਾ ਹੈ, ਗਾਂਧੀ ਜਯੰਤੀ ਹੁੰਦੀ ਹੈ, 2 ਅਕਤੂਬਰ 2014 ਨੂੰ ਇਹ ਅਭਿਆਨ ਜੋ ਹੈ ਸ਼ੁਰੂ ਕੀਤਾ ਗਿਆ ਸੀਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ। ਠੀਕ ਹੈ, ਅਤੇ ਅਗਰ ਆਪਾਂ ਗੱਲ ਕਰੀਏ ਤਾਂ ਕਲੀਨੈਸ ਸਿਟੀ, ਜੋ ਹੁਣੇ ਰੀਸੈਂਟਲੀ ਪੰਜਾਬ ਪੁਲਿਸ ਵਿੱਚ ਵੀ ਕੁਸ਼ਚਨ ਪੁੱਛਿਆ ਗਿਆ ਹੈ, ਜੋ ਸਵੱਛ ਭਾਰਤ ਸਰਵੇ ਹੋਇਆ ਸੀ, ਤਾਂ ਉਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੰਦੌਰ ਹੀ ਹੈ। ਠੀਕ ਹੈ, ਸੋ ਇਹ ਕੁਸ਼ਚਨ ਵੀ ਬਹੁਤ ਇੰਪੋਰਟੈਂਟ ਹੈ। ਸੋ ਹੋਪ ਸੋ ਤੁਹਾਨੂੰ ਇੱਕ ਕੁਸ਼ਚਨ ਦੇ ਵਿੱਚ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ 2 ਤੋਂ 3 ਕੁਸ਼ਚਨ ਕਵਰ ਕਰੀਏ। ਠੀਕ ਹੈ, ਕਲਾਸਿਸ ਅੱਛੀਆਂ ਲੱਗ ਰਹੀਆਂ ਹੋਣਗੀਆਂ। ਠੀਕ ਹੈ, ਅਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਨੂੰ ਦੱਸਣਾ, ਆਪਦਾ ਸੁਜੈਸ਼ਨ ਦੇਣਾ, ਆਪਦਾ ਰਿਵਿਊ ਜ਼ਰੂਰ ਦਿਆ ਕਰੋ ਕਿ ਕਲਾਸਿਸ ਕਿਵੇਂ ਦੀਆਂ ਲੱਗ ਰਹੀਆਂ ਨੇ, ਕਿਉਂਕਿ ਉਹ ਚੀਜ਼ ਸਾਨੂੰ ਵੀ ਮੋਟੀਵੇਟ ਕਰਦੀ ਹੈ ਅਤੇ ਅਸੀਂ ਵਧੀਆ ਕੁਆਲਿਟੀ ਦਾ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ। ਠੀਕ ਹੈ, ਥੈਂਕ ਯੂ ਸੋ ਮੱਚ।